मेरा नाम सरबजीत सिंह हैरी है, लोक इंसाफ पार्टी जिला प्रधान है। मैं रखड़ी तो एक दो दिन पहला जिहड़ा वा एक ना बड़ा सड़क के उत्ते दो मियाँ बीवी बैठे आ, हाथ चो दे चूड़ा वा, तो मैं गड्डी चो तेल पवा के निकलदा भी फिरोजपुर नूं जाणा, तो मैनू अगों मुंडे घेर के कहिंदे भाजी सड़क के उत्ते जिहड़े आ कोई मियाँ बीवी बैठे उन्हां दी तुसीं गल सुणो। काफ़ी हजूम इकट्ठा होया उत्थे, मैं जाके जदों परिवार नाल गल कीती तो उन्होंने मैनूं दस्सिया वी मेरी सस जिहड़ी लड़की नूं पुछिया संदीप कौर नूं वी की गल बेटा तैनूं, लड़के नूं मैं कोई सवाल ही नहीं कीता, तो लड़की कहिंदे मेरी सस जिहड़ी आ मैनूं तंग परेशान करदी आ, मेरे तो दाज मंगदी आ, तो उल्टा नाल इह कहि गई वी 6 घंटिआं दे विच विच दाज लैया जां घरों चली जा, तो बूआ जिहड़ा मार गिआ। तो बड़ा आपां समाज दे विच रहिंदे आ, इस समाजिक ताने बाने च आपां फेटिआ किते ना किते, तो सानूं मन दे विच रोह आउंदा वी इह गल गलत हो रही आ। उत्थे काफ़ी लोग जिहड़े आ धरने ते बैठे, तो मैं उत्थे जा के बैठदा, थोड़ी देर बाद मैनूं उन्हां दे महल्ले दे एक मेरे बड़े खास अंकल ने उन्हां नाल गल होई, तो वह मैनूं कहिंदे बेटा वी इह जिहड़े लड़का लड़की आ इह लोकां नूं गुमराह कर रहे आ, इमोशनली ब्लैकमेल कर रहे आ, लोकां दे इमोशनस नाल खेल रहे आ, इहो जिही कोई गल नहीं आ। उहदी माता जिहड़ी आ ਉਹ ਚੰਗੇ ਸੁਭਾਅ ਦੀ ਆ, ਉਹਦੀਆਂ ਭੈਣਾਂ ਬਹੁਤ ਮਿਹਨਤ ਮਜ਼ਦੂਰੀ ਕਰਦੀਆਂ ਵਾ, ਪਰ ਇਹ ਘਰ ਦੇ ਉੱਤੇ ਕਬਜ਼ਾ ਕਰਨ ਲਈ ਵੀ ਉਹਨਾਂ ਨੇ ਬੇਦਖਲ ਕੀਤਾ ਵਾ, ਘਰ ਦੇ ਉੱਤੇ ਕਬਜ਼ਾ ਕਰਨ ਲਈ ਧੱਕੇ ਨਾਲ ਉਹਨਾਂ ਦੇ ਘਰ ਰਹਿ ਰਿਹਾ, ਕਬਜ਼ਾ ਕਰਨ ਲਈ ਸਾਰੇ ਝੂਠੇ ਐਲੀਗੇਸ਼ਨ ਉਹਨਾਂ 'ਤੇ ਲਗਾ ਰਿਹਾ। ਉਸ ਤੋਂ ਬਾਅਦ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ, ਮੈਂ ਧਰਨਾ ਉੱਥੋਂ ਫੌਰੀ ਤੌਰ 'ਤੇ ਉਠਾਇਆ ਅਤੇ ਥਾਣੇ ਦੇ ਵਿੱਚ ਭੇਜਿਆ ਇਹਨਾਂ ਨੂੰ। ਸ਼ਾਮ ਨੂੰ ਥਾਣੇ ਦੇ ਵਿੱਚ ਟਾਈਮ ਸੀਗਾ, ਜਦੋਂ ਮੈਂ ਥਾਣੇ ਦੇ ਵਿੱਚ ਜਾ ਕੇ ਦੁਬਾਰਾ ਆਪਣੀ ਤਫਤੀਸ਼ ਕੀਤੀ ਹੈ ਇਸ ਮਹੱਲੇ 'ਚੋਂ ਆਂਢ ਗੁਆਂਢ 'ਚੋਂ, ਅਤੇ ਸ਼ਾਮ ਨੂੰ ਮੈਂ ਜਾ ਕੇ ਜਿਹੜੀ ਆ ਥਾਣੇਦਾਰ ਨੂੰ ਗੱਲ ਦੱਸੀ ਆ ਵੀ ਆਹ ਗੱਲ ਹੈ, ਜਿਹੜੀ ਗੱਲ ਉਹ ਧਰਨੇ 'ਚ ਬਹਿ ਕੇ ਕਰ ਰਹੇ ਸੀ ਵੀ ਅਸੀਂ ਸਾਡੀ ਜਿਹੜੀ ਮਾਤਾ ਉਹ ਦਾਜ ਮੰਗਦੀ ਆ ਅਤੇ ਘਰੋਂ ਕੱਢਣ ਦੀ ਗੱਲ ਕਰਦੀ ਆ, ਐਨ ਉਲਟ ਉੱਥੇ ਬਿਆਨ ਉਹਨੇ ਦਿੱਤੇ ਆ, ਇਹੋ ਜਿਹੀ ਉੱਥੇ ਉਹਨੇ ਕੋਈ ਗੱਲ ਨਹੀਂ ਕੀਤੀ। ਅਤੇ ਜਿਹੜਾ ਉਹਦੀ ਮਹੱਲੇ ਦੀ ਤਫਤੀਸ਼ 'ਚੋਂ ਪਾਇਆ ਗਿਆ ਉਹ ਝੂਠਾ ਬੰਦਾ ਪਾਇਆ ਗਿਆ, ਅਤੇ ਉਹਦੇ ਜਿਹੜੇ ਬਿਆਨ ਸੀਗੇ, ਜਿਹੜਾ ਉਹਦਾ ਧਰਨਾ ਸੀ, ਉਹਦਾ ਕੋਈ ਮੂੰਹ ਸਿਰ ਨਹੀਂ, ਉਹਦਾ ਕੋਈ ਪੈਰ ਨਹੀਂ ਸੀਗਾ, ਪਰ ਉਹਨੇ ਲੋਕਾਂ ਦੇ ਇਮੋਸ਼ਨਸ ਨਾਲ ਜਿਹੜਾ ਉਸ ਚੌਂਕ 'ਚ ਬੈਠ ਕੇ ਜਿਹੜਾ ਧਰਨਾ ਲਾਇਆ, ਜਿਹੜਾ ਬਿਲਕੁਲ ਸਰਾਸਰ ਗਲਤ ਆ, ਅਤੇ ਆਉਣ ਵਾਲੇ ਦਿਨਾਂ 'ਚ ਜਿੱਥੇ ਕਿਸੇ ਨੂੰ ਜ਼ਰੂਰਤ ਆ ਹੈਲਪ ਦੀ, ਇਹੋ ਜਿਹੇ ਬੰਦਿਆਂ ਕਰਕੇ ਉਹਨਾਂ ਬੰਦਿਆਂ ਦੀ ਹੈਲਪ ਨਹੀਂ ਹੋ ਸਕਦੀ। ਨਰਿੰਦਰ ਕੌਰ, ਹਰ ਕਿਸ਼ਨ ਕਲੋਨੀ ਦੇ ਸੰਦੀਪ ਕੌਰ ਅਤੇ ਰਮਨਦੀਪ ਕੌਰ। ਸਰ, ਮੈਂ ਤਾਂ ਉਹਨੂੰ ਰੀਤੀ ਰਿਵਾਜ਼ਾਂ ਨਾਲ ਲਿਆਉਂਦਾ ਸੀ ਬੜਾ ਵਿਆਹ ਕੇ ਪਿਆਰ ਨਾਲ, ਮੈਂ ਤਾਂ ਉਹਦੀਆਂ ਰੀਝਾਂ ਵੀ ਨਹੀਂ ਲਾਈਆਂ, ਅਤੇ ਉਹਨਾਂ ਨੇ ਧੰਨਾ ਜਾ ਕੇ ਲਾ ਦਿੱਤਾ ਵਾ ਮੇਰੇ ਵਰ ਖਿਲਾਫ, ਮੈਨੂੰ ਨਹੀਂ ਪਤਾ ਇਹਨਾਂ ਕਿਹੜੀ ਚੁੱਕਣਾ ਦੇ ਮਗਰ ਲਾਇਆ ਹੈ, ਵਿਚੋਲੇ ਦੀ ਚੁੱਕਣਾ ਦੇ ਮਗਰ ਲਾਇਆ ਇਹਨਾਂ ਨੇ। ਵਿਆਹ ਨੂੰ 6 ਮਹੀਨੇ ਹੋਏ ਆ, ਮੈਂ ਕੋਈ ਦਾਜ ਨਹੀਂ ਮੰਗਿਆ, ਮੈਂ ਵੀ ਗਰੀਬ ਅਤੇ ਉਹ ਵੀ ਗਰੀਬ ਘਰ ਦੀ ਧੀ, ਮੈਂ ਕੋਈ ਦਾਜ ਨਹੀਂ ਮੰਗਿਆ। ਮੈਂ ਦਾਜ ਦੇ ਵਿਰੁੱਧ, ਮੇਰੀਆਂ ਵੀ ਦੋ ਬੇਟੀਆਂ ਹੈਗੀਆਂ, ਕਿਉਂਕਿ ਮੈਂ ਦਾਜ ਦੇ ਨਹੀਂ ਸਕਦੀ ਅਤੇ ਮੈਂ ਲੈ ਵੀ ਨਹੀਂ ਸਕਦੀ, ਮੈਂ ਆਪ ਖੁਦ ਗਰੀਬ ਘਰੋਂ ਹਾਂ। ਮੇਰੀਆਂ ਬੇਟੀਆਂ ਨੂੰ ਵੇਖਣਾ ਨਹੀਂ ਚਾਹੁੰਦੀ ਕਿ ਘਰ ਮੈਨੂੰ ਮਿਲ ਜੇ, ਮੁੰਡਾ ਵੀ ਆਉਂਦਾ ਸਾਨੂੰ ਕੁੱਟਦਾ ਮਾਰਦਾ ਬਹੁਤ ਆ, ਨਹੀਂ ਸਰ ਮੈਂ ਕੁੱਟਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ, ਮੈਨੂੰ ਤੇ ਆਪ ਵਾਲਾਂ ਤੋਂ ਫੜ ਫੜ ਕੁੱਟਦਾ, ਇੱਥੇ ਇਨਕੁਆਇਰੀ ਕੀਤੀ ਜਾਵੇ। ਹਾਂਜੀ ਮੈਂ ਦਿੱਤੀ, ਇਹਨਾਂ ਨੇ ਮੇਰੇ 'ਤੇ ਝੂਠਾ ਅੱਗੇ ਵੀ ਨਾਂ ਲਾਇਆ ਸੀ ਵੀ ਤੂੰ ਦਾਜ ਮੰਗਦੀਆਂ, ਮੈਂ ਮੁੜ ਕੇ ਆਈ ਜੀ ਨੂੰ, ਕਮਿਸ਼ਨ ਨੂੰ, ਫਿਰ ਹੋਮ ਰਾਈਟ 'ਚ ਵੀ ਭੇਜੀਆਂ, ਫਿਰ ਗੂਮੈਂਟ ਸੈੱਲ ਦੇ ਵਿੱਚ ਆਈਆਂ ਚਿੱਠੀਆਂ, ਫਿਰ ਇਹ ਮੁੰਡਾ ਉੱਥੇ ਝੂਠਾ ਪਾਇਆ ਗਿਆ ਸੀ। ਹੁਣ ਪਤਾ ਨਹੀਂ ਸਾਨੂੰ ਕਿੱਥੇ ਹੈ ਜੀ, ਅਸੀਂ ਕਾਹਦੇ ਜ਼ਿੰਮੇਵਾਰ ਹਾਂ, ਇਹਦੇ ਆਪ ਸਹੁਰੇ ਵੜਿਆ ਰਹਿੰਦਾ, ਉੱਥੇ ਰਹਿੰਦਾ ਜ਼ਿਆਦਾ। ਥਾਣੇ 'ਚ ਇਹਨੇ ਮਾਫ਼ੀ ਮੰਗ ਲਈ ਆ ਜੀ ਕਿ ਮੈਨੂੰ ਇਹ ਫੋਨ ਨਾ ਕਰਿਓ ਮਗਰੋਂ ਮੈਂ ਆਪਣੇ ਸਹੁਰੇ ਚੱਲ ਚੱਲਿਆ। ਹਾਂਜੀ ਅਸੀਂ ਬੇਦਖਲ ਵੀ ਕੀਤਾ, ਵੇਖੋ ਵੀਰ ਜੀ ਇੱਦਾਂ ਵਾ ਕਿ ਇਹ ਜਦੋਂ ਆਇਆ ਨਾ ਆਪੇ ਚਲ ਗਿਆ ਆਪੇ ਹੀ ਆ ਗਿਆ, ਮੁੜ ਕੇ ਮੁਹੱਲੇ ਵਾਲੇ ਆਉਂਦੇ ਵੀ ਇੱਕ ਮੌਕਾ ਦੇਣਾ ਚਾਹੀਦਾ, ਫਿਰ ਵੀ ਤੇਰਾ ਬੱਚਾ, ਮੈਂ ਇੱਕ ਮੌਕਾ ਦਿੱਤਾ ਵੀ ਆ, ਉਹ ਮੌਕਾ ਦੇਣ 'ਤੇ ਸਵਾਹ ਵੀ ਨਹੀਂ ਸੁਧਰਿਆ। ਇਹ ਲੈਂਸ ਚੱਲ ਗਿਆ ਪਰ ਹੁਣ 2 ਸਾਲ ਹੋ ਗਏ ਵਿਹਲਾ ਵਾ। ਨੌਂ ਉਹ ਧਮਕੀਆਂ ਦਿੰਦਾ ਕਿ ਜੇ ਤੂੰ ਮੇਰਾ ਨਹੀਂ ਹਾਮੀ ਭਰੇਗੀ ਤਾਂ ਮੈਂ ਕੁਛ ਖਾ ਕੇ ਮਰ ਜੂ, ਵਿਧਵਾ ਹੋ ਜਾਏਗੀ। ਤੁਹਾਡੇ ਕਹਿਣ ਦਾ ਮਤਲਬ ਵੀ ਤੁਹਾਡਾ ਮੁੰਡਾ ਗਲਤ ਹੈ, ਨੌਂ ਸਹੀ ਹੈ? ਹਾਂ ਮੁੰਡਾ ਗਲਤ ਹੈ, ਨੌਂ ਸਹੀ ਹੈ। ਹਾਂਜੀ ਹਰੀ ਜੀ, ਹਰੀ ਜੀ ਕੀ ਮਾਮਲਾ ਸੀਗਾ ਸਾਰਾ?